ਲੈ ਤੜਕੇ ਦਾ ਉੱਜੜਿਆ ਖੇਤ, ਹਲੇ ਟਾਈਮ ਨੀ ਹੋਇਆ 10 ਵੱਜ ਗਏ, ਉੱਥੇ ਜਾ ਕੇ ਬਹਿ ਗਿਆ, ਪਤਾ ਨੀ ਕੀ ਕਰੀ ਜਾਂਦਾ ਗਾ। ਬੇ ਮੁੰਡਿਆ ਹੋ ਗਿਆ ਤਿਆਰ, ਕਿੰਨਾ ਟਾਈਮ ਲਾਤਾ? ਉਹ ਹੋ ਗਿਆ ਭੈਣੇ ਹੋ ਗਿਆ, ਤੈਨੂੰ ਪਤਾ ਪੱਗ ਬੰਨਣ ਤੇ ਟਾਈਮ ਲੱਗਦਾ। ਬੂ ਮੈਂ ਮਰ ਜਾ, ਮੇਰਾ ਵੀਰ ਤਾਂ ਬਾਹਲੀ ਸੋਹਣਾ ਲੱਗਦਾ, ਕੁੜਤੇ ਚਾਦਰੇ ਨਾਲ ਕਿਸੇ ਦੀ ਨਜ਼ਰ ਨਾ ਲੱਗ ਜੇ। ਲੈ ਕਾਲਾ ਟਿੱਕਾ ਲਾ ਦਿਆਂ। ਲੈ ਭੈਣੇ ਲਾ ਦੇ ਲਾ ਦੇ, ਬੇਬੇ ਵੀ ਪਿੰਡ ਕਾਲਾ ਟਿੱਕੀ ਲਾਉਂਦੀ ਹੁੰਦੀ ਆ ਮੇਰੇ। ਇਹਦਾ ਤੂੰ ਮੈਨੂੰ ਕੱਲ ਬਸ ਤੇਰੇ ਕਹਿਣ ਤੇ ਮੈਂ ਉਹ ਪੀੜੇ ਜੇ ਕੱਪੜੇ ਪਾ ਲਿਆ ਆ, ਸਾਰੀ ਬਸ ਚ ਤੰਗ ਹੁੰਦਾ ਆ। ਤੈਨੂੰ ਪਤਾ ਮੁੰਡ ਦਾ ਕੁੜਤੇ ਚਾਦਰ ਦੀ ਸ਼ੌਂਕ ਆ। ਇੱਕ ਗੱਲ ਹੋਰ ਦੱਸਾਂ ਤੈਨੂੰ, ਜਦੋਂ ਮੈਂ ਪਿੰਡ ਚ ਨਿਕਲਦਾ ਨਾ, ਲੋਕੀ ਐਂ ਕਹਿੰਦੇ ਆ ਇਹਦਾ ਦਲਜੀਤ ਦੇ ਮੜੰਗਾ ਪੈਂਦਾ, ਤੇ ਜਿਹੜਾ ਸੋਹਣੀ ਲੱਗਿਆ ਸੀ ਇੱਕ ਚੀਲਾ ਤੇ ਦਲਜੀਤ ਦਾ, ਇਹਦੇ ਨਾਲ ਦੇ ਬੂਟ ਪਾਏ ਸੀ ਆਪਣੇ ਦੇ ਨਾਲ ਦੇ ਜਮਾਂ। ਨਾਲੇ ਮੇਰੀ ਗੱਲ ਸੁਣ ਲਾ, ਹੁਣ ਮੈਂ ਤੈਨੂੰ ਪਾ ਕੇ ਦਿੰਨੀ ਚਾਹ ਪੀ ਕੇ ਨਾ, ਤੂੰ ਮਾੜਾ ਜਿਹਾ ਸਰਪੰਚ ਦੀ ਗੌਰ ਕਰਕੇ ਆ, ਤੜਕੇ ਦਾ ਉੱਜੜਿਆ ਖੇਤ ਹਲੇ ਤੱਕ ਨੀ ਆਇਆ। ਤੂੰ ਫੋਨ ਲਾ ਲਾ ਭੈਣੇ। ਲੈ 10 ਵਾਰੀ ਫੋਨ ਲਾ ਲੇ, ਬਿਜੀ ਚੱਲੀ ਜਾਂਦਾ ਫੋਨ। ਲੈ ਫਿਰ ਪਾ, ਜੇ ਮੈਂ ਜਾਨੀ ਆ ਤਾਂ ਮੈਂ ਮਾੜੀ ਵੱਜੂਗੀ, ਲੋਕ ਕਹਿਣਗੇ ਸਰਪੰਚਣੀ ਖੇਤ ਜਾਈ ਜਾਂਦੀ ਆ, ਨਾਲੇ ਹੋਊਗਾ ਕਲੇਸ਼। ਮੈਂ ਜਾ ਕੇ ਆਉਣਾ ਫਿਰ, ਦੇਖਦਾ ਮੈਂ ਕੀ ਕਰੀ ਜਾਂਦਾ ਉਹ। ਜਾ ਘੁੱਟ ਪੀ ਬਾਈ, ਮੈਂ ਬਾਹਲੇ ਨੀ ਪੀਂਦਾ ਹੁੰਦਾ। ਮਾੜੀ ਮੋਟੀ ਗੌਰ ਤਾਂ ਉਹਦੀ ਕਰਨੀ ਪਊਗੀ, ਐ ਨੀ ਕੰਮ ਲੋਟ ਆਉਂਦਾ। ਤੂੰ ਟੈਨਸ਼ਨ ਨਾ ਲੈ ਭੈਣੇ, ਕਰਦੇ ਆ ਪੜਤਾਲ ਵੀ ਉੱਥੇ ਕੀ ਹੋ ਗਿਆ। ਇੰਨਾ ਇੰਨਾ ਟਾਈਮ ਥੋੜਾ ਹੁੰਦਾ ਵੀ ਫੋਨ ਬੀਜੀ ਚੱਲੀ ਜਾਵੇ, ਘਰ ਦੀ ਤਾਂ ਉਹਨੂੰ ਜਮੀ ਨੀ ਗੌਰ ਹੈਗੀ। ਚੱਲ ਮੈਂ ਜਾ ਕੇ ਆਉਣਾ, ਦੇਖ ਕੇ ਆਉਣਾ। ਚੰਗਾ, ਆ ਗਿਆ ਮੈਂ। ਜਾਇਆ ਜਾਇਆ। ਲੈ ਐ ਕਰਦੀ ਆ, ਚਾਹ ਤਾਂ ਮੈਂ ਫੇਰ ਹੀ ਪੀਨੀ ਆ, ਪਹਿਲਾਂ ਇੱਕ ਬੱਠਲ ਗੋਹੇ ਜਿਹਾ ਸਿੱਟ ਕੇ ਆਵਾਂ, ਭਰਿਆ ਪਿਆ ਕਦੋਂ ਦਾ। ਮੈਂ ਆਪਦੀ ਚਾਹ ਰੱਖ ਦਿੰਨੀ ਆ। ਅੱਗੇ ਰੋਜ਼ ਬੇਬੇ ਗੇਬੋ ਆਉਂਦੀ ਹੁੰਦੀ ਆ, ਆ 2 ਦਿਨ ਹੋ ਗਏ ਮੈਨੂੰ ਆਈ ਨੂੰ, ਪਤਾ ਨੀ ਕਿਉਂ ਨੀ ਆਈ, ਕਿੱਥੇ ਬੀਜੀ ਆਹੀ ਜੀ। ਹਾਂ ਗੇਬੋ ਬੇਬੇ ਨੀ ਬੈਠੀ, ਜਾ ਕੇ ਆਉਣੀ ਆ, ਆਪ ਤਾਂ ਨਹੀਂ ਆਈ ਮੇਰੇ ਕੋਲੇ, ਮੈਂ ਜਾ ਕੇ ਦੇਖਦੀ ਹਾਂ ਉਹਦੇ ਕੋਲੇ ਆ ਕੀ ਚੱਕਦੀ ਆ ਬੱਠਲ। ਅੱਜ ਤਾਂ ਬੱਦਲਵਾਈ ਜੀ ਕਰਕੇ ਆ, ਹਵਾ ਵਧੀਆ ਚੱਲਦੀ ਆ, ਅੰਦਰ ਤਾਂ ਭੋਰਾ ਹਵਾ ਨੀ ਲੱਗਦੀ। ਸਤਿ ਸ੍ਰੀ ਅਕਾਲ ਬੇਬੇ। ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਹੋ? ਠੀਕ ਠਾਕ ਵਧੀਆ, ਤੂੰ ਦੱਸ ਕਿਵੇਂ ਰਹਿੰਦੀ ਆ? ਠੀਕ ਆ ਬਸ। ਮੈਂ ਆਖਿਆ ਬੇਬੇ ਮੈਂ ਹੀ ਗੇੜਾ ਮਾਰ ਆਉਂਦੀ ਆ, ਤੂੰ ਤਾਂ ਨਹੀਂ ਗੇੜਾ ਮਾਰਿਆ, 2 ਦਿਨ ਹੋ ਗਏ ਆਈ ਨੂੰ। ਪੁੱਤ ਮੈਂ ਗੇੜਾ ਕਿੱਥੋਂ ਮਾਰ ਲਾਂ, ਮੈਂ ਤਾਂ ਬਨੂਆ ਹੋਈ ਪਈਆਂ, ਇੱਕ ਤਾਂ ਲੈਟ ਨੀ ਆਉਂਦੀ ਉਹਦੀ ਮੈਂ ਰੇਤੇ ਬਹਿ ਗਈ, ਇੱਕ ਆ ਜਾਮਣਾ ਨੇ ਜਵਾਕ ਨੇ ਗਲੇ ਮਾਰਨ ਮਾਰਦੇ, ਪਰਸੋਂ ਡਲਾ ਮਾਰਿਆ ਮੇਰੇ ਜਾ ਕੇ ਪੁੜਪੜੀ ਚ ਵੱਜਿਆ, ਹਲੇ ਵੀ ਪੁੜਪੜੀ ਦੁਖੀ ਜਾਂਦੀ ਆ। ਹੋਰ ਬੇਬੇ ਅੱਜ ਕੱਲ ਜਵਾਕ ਤਾਂ ਹੀਲਤਾਂ ਕਰਦੇ ਨੇ ਵੀ ਤੁਸੀਂ ਊਂ ਤੋੜ ਲਓ, ਮੰਗ ਕੇ ਖਾ ਲਓ, ਐਡੀ ਕਿੱਡੀ ਕੁ ਗੱਲ ਆ। ਉਹ ਡਲੇ ਮਾਰਦੇ ਨੇ ਪੁੱਤ, ਅੰਦਰ ਵੱਜਦਾ ਜਾ ਕੇ ਚਲਾ। ਹੋਰ ਹੈ ਬੇਬੇ, ਜਿਹੜਾ ਚਰਨਜੀਤ ਮਾਸੀਆਂ ਨਾਲ ਸਾਡਾ ਰੌਲਾ ਹੋਇਆ ਸੀ, ਰੂੜੀ ਦਾ ਨਿਬੜ ਗਿਆ? ਹਾਂ ਨਿਬੜ ਗਿਆ ਪੁੱਤ, ਸਰਪੰਚੀ ਨੇ ਨਿਬੇੜਤਾ ਸੀ, ਰੂੜੀ ਅਸੀਂ ਉਹਨਾਂ ਨੂੰ ਛੱਡਤੀ ਫਿਰ। ਉਹ ਵਧੀਆ ਕੀਤਾ, ਕੀ ਲੈਣਾ ਸੀ ਕਲੇਸ਼ ਪਾ ਕੇ, ਐਵੇਂ ਇੱਥੇ ਰਹਿ ਜੂਗਾ ਥਾਂ ਪਿਆ। ਹੋਰ ਪੁੱਤ ਮੈਂ ਜਵਾਕ ਲੜ ਕੇ ਮਰ ਜਾਂਦੇ। ਵਧੀਆ ਕੀਤਾ, ਮੈਂ ਕਹਿੰਦੀ ਤੈਨੂੰ ਗੁੱਸਾ ਤਾਂ ਨੀ ਕਰਦੀ? ਨਾ ਨਾ ਬੇਬੇ, ਗੁੱਸਾ ਕਾਹਦਾ, ਸਰਪੰਚ ਦਾ ਚੱਲਣ ਚੱਲਣ ਗਲਤ ਹੋਇਆ ਪਿਆ। ਕਿਉਂ ਬੇਬੇ, ਕੀ ਹੋ ਗਿਆ? ਮੈਂ ਤਾਂ ਪੁੱਤ ਸੁਣੀ ਸੁਣਾਈ ਗੱਲ ਕਹਿੰਦੀ ਆ, ਮੇਰਾ ਤਾਂ ਨਾਉਣਾ ਨਹੀਂ ਵੀ ਸਾਰੇ ਪਿੰਡ ਦੇ ਵਿੱਚ ਗੱਲ ਉੱਡੀ ਪਈ ਆ। ਹੈ ਬੇਬੇ, ਗੱਲ ਉੱਡੀ ਪਈ ਆ? ਹਾਂ, ਚਰਨ ਨੇ ਘਰ ਕਿੱਥੋਂ ਪਾ ਲਿਆ, ਵੀਰਾ ਤਾਂ ਦਾਊ ਰੱਖ ਕੇ ਪਿਆ ਰਹਿੰਦਾ, ਜਿੰਨੇ ਪੈਸੇ ਆਉਂਦੇ ਨੇ ਗੌਰਮੈਂਟ ਦੇ ਸਾਰੇ ਉੱਧਰ ਹੀ ਲਾਈ ਜਾਂਦਾ, ਆਪਦਾ ਸਰਪੰਚ ਤੋਂ ਕੁਛ ਹੋਇਆ ਨੀ। ਬੇਬੇ ਇਹ ਤਾਂ ਤੇਰੀ ਗੱਲ 16 ਆਨੇ ਸੱਚ ਆ, ਗੱਲ ਤਾਂ ਮੈਨੂੰ ਵੀ ਲੱਗਦੀ ਆ ਵੀ ਗੱਲ ਤਾਂ ਖਰਾਬ ਹੋ ਰਹੀ ਆ। ਤੂੰ ਦੱਸਣਾ ਦੇਗੀ ਤੇ ਮੇਰੇ ਸਿੱਤਰ ਪੈ ਜਾਣ। ਨਾ ਨਾ ਬੇਬੇ, ਮੈਂ ਤੇਰਾ ਨਾਂ ਨੀ ਲੈਂਦੀ, ਇਹ ਗੱਲ ਦੀ ਗੌਰ ਕਰ ਲੈ। ਕੋਈ ਗੱਲ ਨੀ, ਮੈਂ ਕਰੂੰਗੀ ਗੌਰ। ਮੈਂ ਕਿਹਾ ਮੈਂ ਤਾਂ ਹੋਇਆ ਪਿਆ ਜੇ ਮੈਨੂੰ ਆਮਨ ਆਵੇ ਤਾਂ ਮੈਂ ਦੱਸਾਂ। ਸ਼ੱਕ ਤਾਂ ਬੇਬੇ ਮੈਨੂੰ ਪਹਿਲੀ ਸੀ, ਪਰ ਹਾਂ ਗੱਲ ਸੁਣ ਕੇ ਤਾਂ ਜਮੀ ਪਤਾ ਲੱਗ ਗਿਆ।
ਹੁਣ ਆਏ ਦੇਖ ਲੈ ਆਪਦੇ ਤਾਂ ਕੰਧਾਂ ਡਿੱਗੇ ਪਏ ਨੇ, ਕੋਈ ਨਹਾਉਣਾ ਨੀ, ਕੁਛ ਹੋਰ ਨੀ, ਹੈਂ ਸਾਰੇ ਪੈਸੇ ਉੱਧਰ ਹੀ ਜਾਈ ਜਾਂਦੇ ਨੇ, ਉਹਨਾਂ ਹੀ ਜ਼ਹਿਰ 'ਚ ਬੋਲਦਾ, ਨਰੇਗਾ ਨਾਲ ਤਾਂ ਕੰਮ ਨਹੀਂ ਚੱਲਦਾ, ਇਹਦੀ ਦੁੱਗਣੀ ਦਿਹਾੜੀ ਪਈ ਹੈ ਤੇ ਸਾਰਾ ਪੈਸਾ ਉੱਧਰ ਹੀ ਜਾਂਦਾ। ਮੈਂ ਵੀ ਸੋਚਿਆ ਵੀ ਆਹ ਚਰਨ ਨੂੰ ਮੌਜ ਨਾਲ ਨਿਖਰੀ ਸਮਾਰੀ ਫਿਰਦੀ ਰਹਿੰਦੀ ਆ, ਕੰਮ ਦਾ ਡੱਕਾ ਨਹੀਂ ਤੋੜਦੀ, ਤੇ ਇਹਦੇ ਘਰ ਕਿੱਥੋਂ ਪੈ ਗਿਆ? ਉਹਨੂੰ ਕੀ ਲੋੜ ਹੈ, ਆਪੇ ਖਾਤੇ 'ਚ ਪੈਸੇ ਪਾਈ ਜਾਂਦਾ ਸਰਪੰਚ, ਆਪਦਾ ਤਾਂ ਕੁਛ ਬਣਦਾ ਨਹੀਂ, ਕੋਈ ਪਿੰਡ ਦਾ ਨਹੀਂ ਕੁਛ ਬਣਾਉਂਦਾ। ਚੱਲ ਕੋਈ ਗੱਲ ਨਹੀਂ, ਮੈਂ ਕਰੂੰਗੀ ਗੌਰ, ਹੁਣ ਮੈਂ ਚੱਲਦੀ ਹਾਂ। ਚੰਗਾ ਪੁੱਤ ਹੜ ਗੌਰ ਨੂੰ ਰੱਖੀ ਆਪਦੀ, ਪਰ ਮੇਰਾ ਨਾਂ ਨਾ ਲਈ ਜੀ। ਨਾ ਨਾ ਬੇਬੇ, ਮੈਂ ਤੇਰਾ ਨਾਂ ਨਹੀਂ, ਮੇਰੀ ਗੁੱਤ ਨਹੀਂ ਪੱਟੀ ਜਾਊਗੀ। ਲੈ ਦੇਖ ਲੈ, ਵਿਚਾਰੀ ਨੂੰ ਕਿਸੇ ਗੱਲ ਦਾ ਨਹੀਂ ਪਤਾ, ਕੀ ਸਰਪੰਚੀ ਦਾ ਇਹਨੂੰ ਆਸਰਾ ਹੈਗਾ, ਜਦੋਂ ਆਪਦਾ ਤਾਂ ਕੁਛ ਬਣਦਾ ਨਹੀਂ। ਲੈ ਆਹ ਦੇਖ ਲਾ, ਬੰਦੇ ਨੂੰ ਘਰੋਂ ਨਹੀਂ ਪਤਾ ਲੱਗਦਾ, ਬਾਹਰੋਂ ਹੀ ਪਤਾ ਲੱਗਦਾ ਵੀ ਡੱਡਾ ਕਿੱਥੇ ਪਾਣੀ ਪੀਂਦੀਆਂ ਨੇ। ਜੇ ਮੈਂ ਕੁਛ ਕਹਿੰਦੀ ਹਾਂ ਤਾਂ ਮੇਰੇ ਕੰਨੀ ਚਾਰੇ ਪੈਰ ਚੱਕ ਕੇ ਪੈਂਦਾ ਗਾ, ਮੈਨੂੰ ਤਾਂ ਮੂੰਹ ਨਹੀਂ ਬੋਲਦਾ ਜਮੀ, ਉਹਨੂੰ ਤਾਂ ਚਰਨੀ ਚੰਗੀ ਲੱਗਦੀ ਆ। ਹਾਈਟ ਗੱਡੀਆਂ 150 ਤੇ ਛੱਡੀਆਂ, ਨੋਟੀ ਨੇ ਵੀ ਨਜ਼ਰਾਂ ਤੇਰੇ ਉੱਤੇ ਗੱਡੀਆਂ। ਆ ਜਾ ਸਰਪੰਚਾ, ਤੂੰ ਤਾਂ ਨਹੀਂ ਵੱਜਦਾ ਅੱਜ, ਕਿੱਥੇ ਜੇ ਬੈਠਾ ਦੇਖਦਾ ਇੱਧਰ। ਨਾ ਚਰਨੋ, ਤੂੰ ਪਿੰਡ ਕੀ ਕਰਨ ਵਾ ਗਈ? ਮੈਂ ਤਾਂ ਜਾਣੀ ਸੀਗਾ, ਮੈਂ ਇੱਥੇ ਕੀ ਕਰਨਾ, ਉਹ ਤਾਂ ਸਾਰਾ ਦਿਨ ਵੀਰੇ ਤਾਂ ਡੱਕਿਆ ਰਹਿੰਦਾ ਗਾ। ਉਹ ਵੀਰੇ ਦੇ ਮਾਰ ਗੋਲੀ ਦਾ, ਤੈਂ ਵੀਰੇ ਤੋਂ ਦੱਸ ਕੀ ਲੈਣਾ, ਤੂੰ ਦੇਖ ਮੈਨੂੰ ਘਰ ਪਾਉਣ ਨੂੰ ਕਿਹਾ, ਤੇਰਾ ਘਰ ਪਵਾਤਾ, ਹੁਣ ਟੋਬੇ ਦੀ ਗਰਾਂਡ ਆਊਗੀ, ਜਦੋਂ ਸਮਾਨ ਸਟਿਆ ਲਿਆ ਨਾਲ ਦੀ ਨਾਲ ਤੇਰਾ ਘਰ ਪਲਸਤਰ ਕਰ ਦੂੰਗਾ। ਹੈਂ ਉਹ ਤਾਂ ਗੱਲ ਠੀਕ ਆ, ਹਾਂ ਪਰ ਜਦੋਂ ਫਿਰ ਘਰ 'ਚ ਨਾ ਕੋਈ ਕਦਰ ਹੋਵੇ ਫਿਰ ਕਰਨਾ ਕੀ ਇੱਥੇ ਰਹਿ ਕੇ। ਉਹ ਉਹ ਕੀ ਕੀ ਭਾਲਦੀ ਆ ਹੋਰ ਤੂੰ ਫਿਰ, ਕੌਣ ਕੋ ਗੱਲਬਾਤ ਕਰਕੇ ਆਏਗੀ ਤੂੰ ਇਹਨਾਂ ਨਾਲ? ਆਹੋ ਫੇਰ ਵੀ ਮੈਨੂੰ ਆਉਣਾ ਪਊਗਾ, ਆ ਜਾ ਤੂੰ, ਸਰਪੰਚ ਨੇ 4-5 ਫੋਨ ਲਾ ਲੇ ਵਿੱਚ, ਐਵੇਂ ਸ਼ੱਕ ਨਾ ਹੋ ਜਾਏ ਉਹਨੂੰ। ਚੱਲ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਆ ਜਾ। ਆਹੋ ਠੀਕ ਆ ਠੀਕ ਆ, ਆ ਜੀ ਚੰਗਾ। ਚਲ ਮਾੜਾ ਉਹਨੂੰ ਸਮਝਾ ਦਿਓ। ਆਹੋ ਕੋਈ ਨਾ, ਉਹਦੇ ਮਾਰ ਗੋਲੀ ਤੂੰ ਕੋਈ ਲੈਣਾ, ਤੂੰ ਚਿੰਤਾ ਨਾ ਕਰ, ਆ ਜਾ। ਠੀਕ ਠੀਕ। ਰੋਣਾ ਉਰੇ ਬੈਠਾ ਤੜਕੇ ਦਾ। ਉਹ ਯਾਰ ਤਾਂ ਮੈਂਬਰ ਦਾ ਫੋਨ ਆ ਰਿਹਾ ਸੀ ਨੇਬੂ ਦਾ ਯਾਰ। ਆਹ ਅਦੀ ਆ ਮੈਨੂੰ, ਕਿਹੜਾ ਨੇਬੂ ਆ ਕੀ ਪਤਾ ਉਹ ਤੈਨੂੰ? ਆਹ ਮੇਰੇ ਨਾਲ ਚੀਜ਼ਾਂ ਚਲਾਕੀਆਂ ਕਰੇਗਾ ਹੁਣ ਤੂੰ? ਚਲਾਕੀਆਂ ਕਰਨ ਨੂੰ ਕੀ ਹੋਇਆ? ਮੈਂ ਸੁਣ ਲਿਆ ਬੁੜੀ ਦੀ ਆਵਾਜ਼ ਕੱਢੂ ਅਗਲਾ। ਓਏ ਕੰਜਰ ਦੇ, ਬੁੜੀਆਂ ਵਾਂਗੂ ਬੋਲਦਾ ਉਹ। ਇਹੋ ਜਿਹਾ ਕਿਹੜਾ ਇਹ? ਲੈ ਜਦੋਂ ਆਇਆ ਤੈਨੂੰ ਦਿਖਾ ਦੂੰਗਾ। ਮੈਨੂੰ ਟੋਬੇ ਦੀ ਗਰਾਂਡ ਦੀ ਗੱਲ ਕਰੀ ਜਾਂਦੇ ਸੀ, ਟੋਬੇ ਦੀ ਕੰਧ ਜੀ ਪੱਕੀ ਕਰਾਉਣੀ ਆ। ਪਤਾ ਮੈਨੂੰ, ਤੂੰ ਕਿਹੜੀਆਂ ਕੰਧਾਂ ਪੱਕੀਆਂ ਕਰਾਉਣਾ? ਤੂੰ ਇੱਥੇ ਕਿਵੇਂ ਆ ਗਿਆ? ਮੈਂ ਤਾਂ ਉਹੀ ਗੇੜਾ ਦੇਣ ਆ ਗਿਆ। ਗੇੜਾ ਦੇਣ ਆ ਗਿਆ ਨਾਲੇ, ਹਾਂ ਮੈਂ ਦੇਖ ਕੇ ਆਉਣਾ ਮਾੜਾ ਜਿਹਾ, ਇੱਧਰ ਗੇੜਾ ਫੜਾ ਦਿਆਂ ਮੈਂ, ਘਰੇ ਔਖਾ ਸੀ ਮੈਨੂੰ। ਅੱਛਾ ਹਾਂ, ਚੱਲ ਮੈਂ ਤਾਂ ਆਪ ਘਰੇ ਆਉਂਦਾ ਸੀ। ਅੱਜ ਹੋਰ ਬਹਿ ਜਾ। ਨਾ ਨਾ ਬਸ, ਇਹ ਪਹਿਲਾਂ ਸੈਕਟਰੀ ਨਾਲ ਗੱਲ ਕਰੀ, ਫਿਰ ਆ ਮੈਂਬਰ ਦਾ ਫੋਨ ਆ ਗਿਆ, ਇਹਨੇ ਟਾਈਮ ਬੜਾ ਲਵਾਤਾ। ਕਿਹੜਾ ਸੈਕਟਰੀ ਜੀ, ਦੇਖ ਲਿਆ ਮੈਂ। ਤੇਰੀ ਭੈਣ ਕੀ ਕਰੀ ਜਾਂਦੀ ਆ? ਉਹ ਆ ਵਿਚਾਰੀ ਕੀ, ਮੈਂ ਸਰਿੰਗੀ ਜਾਂਦੀ ਆ ਤੜਕੇ ਦੀ, ਪਾਣੀ ਤਾਂ ਪਿਆ ਦੇ। ਪਾਣੀ ਤੂੰ ਪਿਆ ਨੀ ਹੈਗਾ? ਮੈਂ ਇੱਥੇ ਤਾਂ ਡਰਦੀਆਂ ਨੇ ਉਹ। ਕੰਦਰ ਦਾ ਤੈਥੋਂ ਕੀ ਕਰਾਉਣਾ ਜੇ ਤੂੰ ਪਾਣੀ ਨੀ ਪਿਉਂਦਾ? ਮੈਂ ਤਾਂ ਬਈ ਆਇਸ ਲੈਣ ਆਇਆ। ਆ ਕੀ ਜਲੂਸ ਕੱਢਿਆ ਤੂੰ ਕੁੜਤੇ ਚੱਕ ਰਿਹਾ ਪਾਈ ਫਿਰਦਾ? ਵਾਲ ਜੀਜਾ ਜੀ ਮਾੜਾ, ਤੂੰ ਧਿਆਨ ਮਾਰ ਮੇਰੇ ਤੇ, ਦੇਖ ਲੱਗਦਾ ਦਿਲਜੀਤ। ਆਹੋ ਲੱਗਦਾ, ਹਾਂ ਗੱਲਾਂ ਹੁੰਦੀਆਂ ਚਾਰੇ ਪਾਸੇ। ਚੰਗਾ ਚੱਲ ਘਰੇ ਚੱਲ ਗਏ।
ਚੱਲੇਗਾ ਹੁਣ ਘਰੇ ਤੂੰ? ਆਹੋ ਆ ਜਾ, ਨਾਲੇ ਘਰੇ ਨਾ ਭਕਾਈ ਮਾਰਦੀ, ਕਿਤੇ ਜਾ ਕੇ ਹੋਰ ਕਹਿ ਦੇ ਤਾਂ ਮੈਂਬਰ ਦਾ ਫੋਨ ਸੀ ਨੈਬੂ ਦਾ ਪਿਆਏਗਾ ਫਿਰ ਅੱਜ? ਆਹੋ ਆ ਜਾ, ਚੱਲ ਫਿਰ ਆ ਜਾ ਦੇਖਦੇ ਆ। ਮਿਰਚਾਂ ਤੋੜ ਲਾ, ਆ ਜਾ ਪਈਆਂ ਮਿਰਚਾਂ ਘਰੇ ਹੈਗੀਆਂ। ਚੱਲ ਆ ਜਾ ਪ੍ਰਾਹੁਣੇ ਆ, ਪੇਸੀ ਭੁਗਤਣ ਲਈ ਤਿਆਰ ਹੋ ਜਾ। ਪੇਸੀ ਭੁਗਤਣ ਨੂੰ ਸਾਲਾ ਮੈਂ ਕੀ ਕਤਲ ਕਰਤਾ ਕੋਈ ਹੋਏ? ਆ ਜਾ ਜੱਜ ਸਾਹਮਣੇ, ਜੱਜ ਸਾਹਮਣੇ ਆ ਜਾ ਨਾਲੇ। ਹੋਰ ਨਾ ਮੇਰੀ ਗੱਲ ਸੁਣ, ਫੋਨ ਕਿੱਥੇ ਗਾ ਲਿਆ ਸੀ, ਕਿਹੜੀ ਰੰਨ ਨਾਲ ਬੀਜੀ ਸੀ ਤੂੰ? ਉਹ ਕਿੱਥੇ ਗਾਲਣਾ ਸੀ, ਤੂੰ ਤਾਂ ਹੁਣ ਸ਼ੱਕ ਕਰੀ ਜਾਂਦੀ ਨਾ ਬਿਨਾਂ ਗੱਲ ਤੋਂ। ਪਹਿਲਾਂ ਸੈਕਟਰੀ ਦਾ ਫੋਨ ਆ ਗਿਆ, ਅੱਧਾ ਪੌਣਾ ਘੰਟਾ ਉਹ ਗੱਲ ਕਰੀ ਗਿਆ, ਫਿਰ ਮੈਂਬਰ ਦਾ ਫੋਨ ਆ ਗਿਆ, ਉਹ ਕੰਧ ਡਿੱਗੀ ਪਈ ਜਿਹੜੀ ਟੋਬੇ ਵਾਲੀ, ਉਹਦੇ ਬਿੱਲਾਂ ਬਾਰੇ ਪੁੱਛਦੇ ਸੀ, ਕਹਿੰਦੇ ਪਾਸ ਹੋ ਗਿਆ। ਆ ਗਿਆ ਤੇਰੇ ਕੋਲੇ ਸੈਕਟਰੀ ਦਾ ਫੋਨ, ਨਾਲੇ ਮੈਂਬਰ ਨੂੰ ਵੀ ਮੈਂ ਜਾਣਦੀ ਆ, ਸਾਰੀ ਜਾਣਦੀ ਆ ਉਹਦੀ ਕਰਤੂਤ ਆ। ਤੂੰ ਤਾਂ ਸਾਰਾ ਤੂੰ ਹੀ ਸ਼ੱਕ ਕਰੀ ਜਾਂਦੀ ਰਹਿੰਦੀ ਆ, ਉਹਦਾ ਮਤਾ ਪਾਸ ਕਰਿਆ ਉੱਥੇ ਬਹਿ ਕੇ। ਕਰਿਆ ਮਤਾ ਪਾਸ ਇਹਨਾਂ ਨੇ? ਜਦੋਂ ਤੈਨੂੰ ਪਤਾ ਵੀ ਬੰਦੇ ਦਾ ਫੋਨ ਆ ਰਿਹਾ, ਵਿੱਚ ਫੋਨ ਤੇ ਫੋਨ, ਫੋਨ ਤੇ ਫੋਨ, 15 ਫੋਨ ਲਾ ਲੇ, 10 ਮਿੰਟ ਬੰਦਾ ਜਰਾਂਦ ਵੀ ਕਰ ਲੇ। ਠੀਕ ਆ ਜੀ, ਆ ਲੈ ਮੈਂਬਰ ਆ ਗਿਆ। ਠੀਕ ਆ ਜੀ, ਵਧੀਆ ਠੀਕ ਠਾਕ ਜਾ। ਕੁਰਸੀ ਲੈ ਕੇ ਦੇ ਮੈਂਬਰ ਨੂੰ। ਰਾਜ ਰੌਲਾ ਯਾਰ, ਮੈਂਬਰ ਪਹਿਲਾਂ ਤਾਂ ਸੈਕਟਰੀ ਦਾ ਫੋਨ ਆ ਗਿਆ, ਬਾਅਦ ਚ ਫਿਰ ਮੈਂ ਤੈਨੂੰ ਫੋਨ ਲਾ ਲਿਆ। ਹੈ ਇਹ ਕਹਿੰਦੀ ਹਾਂ ਹਾਂ, ਕਹਿੰਦੀ ਕਿਹਦਾ ਫੋਨ ਆਇਆ ਸੀ, ਕਿਹਦਾ ਫੋਨ ਆਇਆ ਸੀ, ਸ਼ੱਕ ਕਰਦੀ ਆ ਹੁਣ ਮੇਰੇ ਤੇ। ਉਹਦਾ ਹੀ ਪਹਿਲਾਂ ਸੈਕਟਰੀ ਲੈ ਜਾਂਦਾ ਸੀ ਫੋਨ, ਉਹ ਕਹਿੰਦਾ ਤੂੰ ਲਾ ਲਾ ਸਰਪੰਚ ਨੂੰ ਫੋਨ, ਮੈਂ ਚੱਲ ਮੈਂ ਲਾ ਕੇ ਦੇ ਦੋ, ਮੈਂ ਗੱਲ ਕਰੀ ਜਾਂਦਾ ਸੀ ਇਹਦੇ ਨਾਲ। ਉਹ ਸਰਪੰਚ ਸੈਕਟਰੀ ਸਾਹਿਬ ਹਰੇ ਕਹਿੰਦੇ ਸਰਪੰਚ ਨੂੰ ਲੈ ਕੇ ਆ ਵੀ ਟੋਬੇ ਦੀ ਕਰਕੇ ਪਵਾਇਆ ਸੋਨ ਪੂਰੀ, ਹੁਣ ਜਾਂਦੀ ਵਾਰ ਦੀਆਂ ਹੋਣਗੀਆਂ ਹਨਾ। ਉਹੀ ਤਾਂ ਮੈਂ ਕਹੀ ਜਾਂਦਾ, ਮੈਂ ਆਖਿਆ ਯਾਰ ਜੇ 10-12 ਲੱਖ ਰੁਪਏ ਆ ਗਿਆ ਵਿੱਚੋਂ, 2-4 ਲੱਖ ਰੁਪਏ ਬਣੂਗੀ ਕੀ ਮਾਰਾ ਨਾ, ਪੈਸੇ ਵੀ ਲੈ ਲੈਣੇ ਕੀ ਬਣਾਤਾ, ਕੰਧ ਢਹੀ ਪਈ ਉਹ ਨਹੀਂ ਪੈਂਦੀ। ਕੋਈ ਨਾ, ਸਭ ਕੁਝ ਕਰ ਲਾਂਗੇ। ਹੁਣ ਜਦੋਂ ਸਰਕਾਰਾਂ ਹੋਰ ਨਹੀਂ ਆ, ਸਰਪੰਚ ਆਪਾਂ ਹੋਰ ਪਾਰਟੀ ਦੇ, ਜਦੋਂ ਨਹੀਂ 2 ਰੁਪਏ ਖਾਣ ਦਿੰਦੇ ਕੋਈ, ਹੁਣ ਸੈਕਟਰੀ ਨਾਲ ਮਿਲ ਕੇ ਕੋਈ ਗੱਲਬਾਤ ਕਰਾਂਗੇ। ਹਾਂ ਚਾਹ ਲੈ ਕੇ ਆਵਾਂ ਵੀਰੇ? ਨਾ ਚਾਹ ਪੱਛ ਬਾਈ, ਚੱਲੀਏ ਖੜਾ ਗਏ ਸਾਰੇ ਸੈਕਟਰੀ। ਹਾਂ ਚੱਲ ਮੈਂ ਜਾਇਆ ਉੱਥੇ, ਗੇੜਾ ਮਾਰਿਆ ਮਰਾ ਜਾ, ਫੱਕ ਕਰਿਆ ਕਰੋ ਜੀ, ਫੋਨ ਤੇ ਗੱਲ ਸਾਡੇ ਨਾਲ ਕਰੀ ਜਾਂਦਾ ਸੀ। ਓਏ ਆ ਜਾ ਯਾਰ, ਤੇ ਮੈਂ ਪੁੱਠੇ ਦਿਮਾਗ ਦੀ ਜਨਾਨੀ ਆ ਯਾਰ, ਜਾਂ ਨੋਟਿਸ ਉਹੀ ਗੱਲ ਪਈ ਜਾਂਦੀ ਰਹਿੰਦੀ ਆ। ਉਰੇ ਬੈਠ ਵੇ ਮੁੰਡਿਆ ਮੇਰੇ ਕੋਲੇ, ਮੇਰੀ ਗੱਲ ਸੁਣ। ਹਾਂ ਭੈਣੇ, ਉਹਨਾਂ ਦੇ ਮਾਂਗਰ ਜਾ ਕਿੱਥੇ ਜਵਾ ਕੇ ਖਾਣ ਗਏ ਨੇ? ਨਾ ਨਾ ਭੈਣੇ, ਸਰਪੰਚ ਮਤਾ ਪਾਸ ਕਰਨ ਹੀ ਗਿਆ। ਤੇਰਾ ਵੀ ਦਿਮਾਗ ਮੈਨੂੰ ਮੋਟਾ ਲੱਗਦਾ, ਕਿਹੜਾ ਮਤਾ ਪਾਸ ਕਰਨ ਗਏ ਨੇ? ਤੂੰ ਚੁੱਪ ਕਰਕੇ ਇਹਨਾਂ ਦੇ ਮਾਂਗਰ ਵਗ ਜਾ, ਜਿਹੜੀ ਮੈਂ ਗੱਲ ਕਹਿ ਦਿੰਦੀ ਆ ਨਾ ਮੰਨ ਲਿਆ ਕਰ। ਚੱਲ ਚੰਗਾ ਭੈਣੇ, ਮੈਂ ਜਾਣਾ ਫਿਰ। ਲੰਡੇ ਨੂੰ ਖੁੰਡਾ 100 ਕੋ ਤੋਂ ਮਿਲਦਾ। ਆ ਬੇਬੇ ਨੇ ਜਦੋਂ ਅੱਗੇ ਉਹਨੇ ਦੱਸਿਆ ਨਾ ਮੈਨੂੰ, ਮੇਰੇ ਤਾਂ ਅੰਦਰ ਅੱਗ ਲੱਗੀ ਪਈ ਆ ਵੀ ਉਹਨੇ ਚਰਨੋਂ ਦਾ ਘਰ ਪਵਾਤਾ। ਨਾ ਬੜਾ ਰੌਲਾ ਪਾ ਰੱਖਿਆ ਸਰਪੰਚ, ਕੀ ਗੱਲ ਹੋਇਆ ਕਹਦਾ ਯਾਰ ਪੁੱਛਣਾ। ਮੈਂ 2-2.5 ਘੰਟੇ ਹੋ ਗਏ ਸੀ ਚਰਨੋਂ ਨੂੰ ਲਾ ਰੱਖਿਆ ਸੀ ਫੋਨ। ਨਾ ਹਾਂ ਚੋ, ਮੈਨੂੰ ਤੂੰ ਕਦੋਂ ਲਾਏ ਫੋਨ? ਉਹ ਯਾਰ ਮੈਂ ਇਹੀ ਤਾਂ ਤੇਰੇ ਨਾਲ ਗੱਲ ਕਰਨੀ ਸੀ। ਵਧੀਆ ਹੋਗਾ ਤੂੰ ਜਮਾ ਆਇਆ ਮੌਕੇ ਤੇ ਆ ਗਿਆ, ਤੂੰ ਕਹੇਗਾ ਆਇਆ, ਕਹਿੰਦਾ ਨਾ ਮੇਰੀ ਤੂੰ ਇੱਜ਼ਤ ਰੱਖ ਲਈ, ਅੱਜ ਤਾਂ ਤੂੰ ਰੱਬ ਨਹੀਂ, ਰੱਬ ਦਾ ਛੋਟਾ ਭਾਈ ਬਣ ਕੇ ਆ ਗਿਆ, ਅੱਜ ਤਾਂ ਫਿਰ ਤੂੰ ਆਇਆ ਗਿਆ ਵੀ ਬਚਾਤਾ। ਹਾਂ ਮਾਰੇ ਪਤਾ, ਅੱਜ ਤਾਂ ਤੂੰ ਬਾਲ ਬਾਲ ਬਚਾਤਾ, ਅੱਜ ਸਰਪੰਚ ਨੇ ਵੀ ਬਾਲੇ ਫੋਨ ਲਾਏ, 10 ਫੋਨ ਲਾ ਲਏ, ਉਹਨੇ ਵੀ ਖੜਾ ਨਹੀਂ ਛੱਡਿਆ ਹੁੰਦਾ, ਘੰਟਾ ਡੂਢ ਘੰਟਾ ਹੋ ਗਿਆ। ਤੂੰ ਮਾੜਾ ਧਿਆਨ ਕਰਿਆ ਕਰ ਫੋਨ ਦਾ। ਓਏ ਤੂੰ ਸਾਲਾ ਇੱਥੇ ਖੜਾ ਕੀ ਦੇਖਦਾ ਉਹ ਲੋਕੇ? ਤਾਂ ਨਾਲ ਚੱਲੂ ਤੂੰ, ਨਾਲ ਕੀ ਫੇਰੇ ਦੇਗਾ? ਇਹ ਕੀ ਆਟਮਾ ਯਾਰ? ਓਏ ਸਾਲਾ ਯਾਰ, ਇਹ ਮੇਰਾ ਇੰਦਰਾ, ਇੰਨੀ ਗਰਮੀ ਹੈ, ਕੁਰਤਾ ਚਾਦਰਾ ਲਾਈ ਫਿਰਦਾ। ਹੋਰ ਯਾਰ, ਮੈਂ ਇਹਨੂੰ ਕਿਹਾ ਵੀ ਚੱਜ ਦੇ ਕੱਪੜੇ ਪਾਲਾ, ਸਾਲਾ ਮੇਰਾ ਕੁਰਤਾ ਚਾਦਰਾ ਪਾਈ ਫਿਰਦਾ ਕਿ ਮੈਂ ਤਾਂ ਆਹ ਪਾਊਂ। ਦਿਲਜੀਤ ਆ ਜੀਜਾ, ਮੈਂ ਦਿਲਜੀਤ। ਅੱਛਾ ਅੱਛਾ, ਆਹ ਟੋਬੇ ਬਾਰੇ ਫੋਨ ਕੀਤਾ ਜੀ ਸੈਕਟਰੀ ਨੇ? ਹੈ ਕੋਈ ਟੋਬਾ ਨਹੀਂ, ਕਿਸੇ ਸੈਕਟਰੀ ਨੇ ਫੋਨ ਕਰਿਆ, ਇਹਨੂੰ ਗੋਲੀ ਮਾਰ ਤੂੰ। ਕਿਉਂ? ਕੀ ਦੱਸਾਂ ਤੈਨੂੰ ਮੈਂ, ਮੈਂ ਵਗ ਗਿਆ ਨਹਾਉਣ, ਫੋਨ ਮੈਂ ਲਾ ਗਿਆ ਚਾਰਜ, ਤੇਰੀ ਭਰਜਾਈ ਦਾ ਫੋਨ ਆ ਗਿਆ, ਉਹਦਾ ਬਾਹਰਲੀ ਦਾ, ਬਾਹਰਲੀ ਦਾ। ਫੇਰ ਜਦੋਂ ਫੋਨ ਆ ਗਿਆ ਉਹਨੇ ਚੱਕ ਲਿਆ ਘਰੇ, ਘਰੇ ਅਸੀਂ ਧਰਤਾ ਫੋਨ ਤਾਂ, ਉਹ ਧਰਤਾ ਮੈਂ ਚਾਰਜ ਲਾਇਆ ਸੀ ਗੁਰੂਆ, ਮੈਂ ਭਰਿਆ ਸੀ ਉੱਥੇ ਤੇਰਾ ਨਾਂ। ਓਹੋ, ਹੋਰ ਉਹ ਕਹਿੰਦੀ ਆ ਸਰਪੰਚ ਦਾ ਫੋਨ ਆਇਆ ਸੀ, ਉਦੋਂ ਮੈਂ ਦੇਖਿਆ ਮੇਰਾ ਤਾਂ ਮੱਥਾ ਨੱਕਿਆ, ਮਹਾਂ ਯਾਰ ਇਹਦਾ ਉਹਦਾ ਨੰਬਰ ਹੈਗਾ। ਉਹ ਕਹਿੰਦੀ ਵੀ ਕੋਈ ਬੁੜੀ ਬੋਲਦੀ ਆ, ਮਹਾਂ ਨਹੀਂ, ਮਹਾਂ ਸਰਪੰਚ ਦੇ ਘਰ ਵਾਲੀ ਆ। ਹੁਣ ਤਾਂ ਕਲੇਸ਼ ਪੈ ਗਿਆ ਉਗਰੇ ਹਨਾ, ਮੈਂ ਤਾਂ ਟੁੰਡੀ ਵਾਲੇ ਵੀ ਦੇ ਚੜ ਰੱਖਿਆ। ਓਹੋ ਬਾਈ, ਬਣ ਕੇ ਜਿਵੇਂ ਮਰਜ਼ੀ ਕਰ, ਅੱਜ ਮੇਰੀ ਆਹ ਉਂਗਲ ਕਢਾ ਇੱਥੋਂ ਦੀ। ਦੇਖ ਯਾਰ, ਤੂੰ ਮੇਰੀ ਇੱਜ਼ਤ ਰੱਖੀ ਆ ਨਾ, ਜਿਵੇਂ ਤੂੰ ਮੈਨੂੰ ਬਚਾ ਕੇ ਲਿਆਇਆ ਘਰੋਂ, ਐਂ ਮੰਨ ਲਾ ਵੀ ਤੂੰ ਮੌਕੇ ਤੇ ਵਗ ਗਿਆ, ਰੱਬ ਬਣ ਕੇ ਵਗ ਗਿਆ,
ਹੁਣ ਤੈਨੂੰ ਮੈਂ ਬਚਾਉਂ ਤਾਂ ਨੀ ਗੱਲ ਕਰਦਾ ਉਹ ਗੱਲ ਸੁਣ ਗੱਲ ਇਹ ਕਿਵੇਂ ਕਰੂ ਮੇਰੀ ਗੱਲ ਸੁਣ ਮੇਰਾ ਸਾਲਿਆ ਘਰੇ ਜਾ ਕੇ ਨਾ ਭਕਾਈ ਮਾਰਦੀ ਤੇਰੀ ਭੈਣ ਕੋਲੇ ਨਾਲੇ ਠੀਕ ਹੈ ਕਿਤੇ ਛੱਤਰ ਖਾਏਗਾ ਐਵੇਂ ਮੈਥੋਂ ਅੰਗਰੇਜ਼ੀ ਪਿਆਉਂਗੇ ਅੱਜ ਤੈਨੂੰ ਤੈਨੂੰ ਮੁਰਗਾ ਖਵਾਵਾਂਗੇ ਤੂੰ ਅੰਗਰੇਜ਼ੀ ਦੀ ਗੱਲ ਕਰ ਉਹ ਯਾਰ ਮੇਰੇ ਕੋਲੇ ਪਈਆ ਖਾਸਾ ਜਿਹਨੂੰ ਦੇ ਦੂੰਗਾ ਯਾਰ ਪਿਆ ਦਾਂਗੇ ਮੈਂ ਅੰਗਰੇਜ਼ੀ ਪਿਉਂ ਮੈਂ ਪਿਆ ਦੂ ਕੋਈ ਗੱਲ ਟੈਨਸ਼ਨ ਨਾ ਲੈ ਬਸ ਠੀਕ ਆ ਫਿਰ ਚੱਲ ਯਾਰ ਮੈਂ ਭਕਾਈ ਮਾਰੀ ਮੈਂ ਬਦੂ ਦਾ ਮੈਂ ਸਮਝਾਉਣਾ ਤੂੰ ਆ ਜਾ ਚਿੰਤਾ ਨਾ ਕਰ ਆ ਜਾ ਹੋਰ ਭਾਈ ਮਰ ਕੇ ਆ ਜਾ ਆ ਜਾ ਉਹ ਆ ਜਾ ਕੋਈ ਨਾ ਮੈਂ ਕਹਿ ਦੂੰਗਾ ਮੇਰੀ ਗੱਲ ਸੁਣ ਸਰਪੰਚਾ ਤੂੰ ਜਿਵੇਂ ਮਰਜ਼ੀ ਕਰ ਭਾਈ ਬਿਲਕੁਲ ਤਾਂ ਬੜੀ ਗਰਮ ਹੋਈ ਬੈਠੀ ਹੈ ਉਹ ਸਮਝਾ ਦੂੰਗਾ ਮੈਂ ਜਿੱਦ ਤੈਨੂੰ ਕਹਿਤਾ ਹੋਰ ਰਾਮ ਬਣਾਈ ਜੋੜੀ ਇੱਕ ਨਾ ਇੱਕ ਕੋੜੀ ਤੁਸੀਂ ਵੀ ਦੋਨੇ ਬਾਹਲੇ ਰੁੱਚੇ ਹੋਣਾ ਓਏ ਐਵੇਂ ਨਾ ਭਕਾਈ ਮਾਰੇਗਾ ਸਾਲਾ ਓਏ ਉਹ ਮੇਰਾ ਸਾਲਾ ਲੱਤਾਂ ਪਵਾ ਦੇ ਯਾਰ ਆ ਤਾਂ ਆਪ ਹੀ ਲੱਗਦਾ ਇਹ ਤਾਂ ਦੱਸਦੇ ਚਰਨੋਂ ਕਹੋਣਾ ਓਏ ਇਹਦੇ ਬਣਾ ਦੇ ਸਰਪੰਚ ਰੱਖੜੀ ਯਾਰ ਚਰਨੋਂ ਤੇ ਮੇਰੇ ਸਰਪੰਚ ਨੂੰ ਕੋਈ ਨਾ ਭਕਾਈ ਮਾਰ ਗੱਡੀ ਭੈਣਾ ਕਹਿਣ ਦਾ ਯਾਰ ਤੇਰੀ ਦਿਖਾਵਾਂਗੇ ਕੋਈ ਨਾ ਤੈਨੂੰ ਸਰ ਚਰਨੋਂ ਵੀ ਇਹਨੂੰ ਮਿਲਿਆ ਦੇ ਚਰਨੋਂ ਨਾਲੇ ਕੋਈ ਨਾ ਤੂੰ ਸਰਪੰਚ ਨਹੀਂ ਬਾਰੇ ਕਹਿਣਾ ਸਰਪੰਚਾ ਇਹ ਉਹਦੀ ਮਾਂ ਗਈ ਐਨ ਬਾ ਬੈਗ ਚ ਕੱਪੜੇ ਪਾਈ ਬੈਠੀ ਹੋਵੇ ਬਸ ਜਨਾਨੀਆਂ ਤਾਂ ਦਿਮਾਗ ਹੀ ਪੁੱਠੇ ਹੁੰਦੇ ਆ ਚੱਲ ਮੈਨੂੰ ਕੀ ਗੱਲ ਪੁੱਛਣੀ ਆ ਜੀ ਤੁਸੀਂ ਇਹਨੂੰ ਪੁੱਛੋ ਕਿਸੇ ਜਨਾਨੀ ਦਾ ਫੋਨ ਆਇਆ ਤੀ ਇਹਤੇ ਫੋਨ ਤੇ ਉਹ ਜਦੋਂ ਮੈਂ ਚੱਕ ਲਿਆ ਉਦੋਂ ਉਹਨੇ ਫੋਨ ਕੱਟਤਾ ਕਿੰਨੇ ਕੁ ਵਜੇ ਦੀ ਗੱਲ ਆ 10 ਕੁ ਵਜੇ ਦੀ ਗੱਲ ਆ ਬਾਈ ਯਾਰ ਮੈਂ ਨਹਾਈ ਜਾਂਦਾ ਸੀ ਉਦੋਂ ਅੱਛਾ ਜੇ ਮੈਨੂੰ ਇੰਨਾ ਡਰ ਹੋਵੇ ਨਾ ਮੈਂ ਫੋਨ ਨਾਲ ਲਵੇ ਰੱਖ ਲਿਆ ਆਰਾਮ ਦੇ ਉਹ ਭਾਈ ਮੇਰੀ ਗੱਲ ਸੁਣੋ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਘਰੇ ਕਲੇਸ਼ ਨਾ ਪਾਇਆ ਕਰੋ ਐ ਤਾਂ ਮੈਨੂੰ ਸਾਰਾ ਦਿਨ ਹੀ ਫੋਨ ਆਈ ਜਾਂਦੇ ਰਹਿੰਦੇ ਆ ਬੁੜੀਆਂ ਦੇ ਵੀ ਆਉਂਦੇ ਆ ਬੰਦਿਆਂ ਦੇ ਵੀ ਆਉਂਦੇ ਆ ਹੁਣ ਐਡੇ ਵੱਡੇ ਪਿੰਡ ਆਪਾਂ ਨੂੰ ਐ ਮੰਨ ਲਓ ਵੀ ਸਾਨੂੰ ਲੋਕਾਂ ਨੇ ਚੁਣਿਆ ਜੇ ਗਲਤ ਹੁੰਦੇ ਫੇਰ ਥੋੜਾ ਚੁਣਦੇ ਸੀ ਹੈ ਬਾਕੀ ਯਾਰ ਮੋਤਮਾਰ ਬੰਦੇ ਆਏ ਆ ਉਹੀ ਤਾਂ ਗੱਲ ਆ ਫਿਰ ਉਹਦਾ ਮੈਂ ਸਰਪੰਚ ਜੀ ਨੂੰ ਕਹਿ ਕੇ ਮੈਂ ਫੋਨ ਲਵਾਇਆ ਸੀ ਵੀ ਨੈਬੂ ਮੈਂਬਰ ਨੂੰ ਫੋਨ ਕਰਦੇ ਮੈਂ ਕੋਠੇ ਤੇ ਚੜਿਆ ਖੜਾ ਸੀ ਉਦੋਂ ਵੀ ਸੈਕਟਰੀ ਦਾ ਫੋਨ ਆਇਆ ਉਹ ਤੁਸੀਂ ਚੱਕ ਲਿਆ ਮੈਨੂੰ ਕਹਿੰਦੀ ਭਾਈ ਉਹ ਤਾਂ ਉਹਦੇ ਘਰ ਦੇ ਨੇ ਚੱਕ ਲਿਆ ਉਹਨਾਂ ਨੇ ਕੱਟਤਾ ਫੋਨ ਹੋਰ ਕੀ ਫਿਰ ਮੈਨੂੰ ਤਾਂ ਪਤਾ ਨਹੀਂ ਸੀਗਾ ਜੀ ਤਾਂ ਹੀ ਤਾਂ ਤੁਹਾਨੂੰ ਕਹੀ ਜਾਂਦੇ ਭਾਈ ਪਹਿਲਾਂ ਗੱਲ ਦੀ ਤਹਿ ਤੱਕ ਜਾਂਦੇ ਹੋ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਸਰਪੰਚ ਨੂੰ ਲੈ ਕੇ ਆ ਮੈਨੂੰ ਫੇਰ ਯਕੀਨ ਹੋ ਗਿਆ ਇਹ ਧੰਨਵਾਦ ਤੂੰ ਆ ਗਿਆ ਭਾਈ ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਭਾਈ ਘਰਾਂ 'ਚ ਕਲੇਸ਼ ਪੈ ਜਾਂਦੇ ਆ ਘਰ ਖਰਾਬ ਹੋ ਜਾਂਦੇ ਆ ਮੈਨੂੰ ਇਹ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਜੀ ਆਪਾਂ ਨਾ ਬਾਈ ਸਰਪੰਚ ਸਾਹਿਬ ਤੁਸੀਂ ਨਾਲ ਰਹਿਣਾ ਮੇਰੇ ਮੈਨੂੰ ਕਦੇ ਫਾਲਤੂ ਦੇ ਕੇ ਨਹੀਂ 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 ਯਾਰ ਇਹ ਜੀ ਤਾਂ ਗੱਲ ਹੀ ਨਹੀਂ ਨਾ ਹੈਗੀ ਗੀ ਮਾੜਾ ਮੋਟਾ ਬੰਦੇ ਤੇ ਭਾਈ ਵਿਸ਼ਵਾਸ ਵੀ ਹੁੰਦਾ ਵਿਸ਼ਵਾਸ ਦੇ ਸਿਰ ਤੇ ਦੁਨੀਆ ਚੱਲਦੀ ਆ ਜਾਂ ਉਹਦੀ ਮੈਂਬਰ ਬਣਨ ਵੇਲੇ ਕਹਿੰਦੀ ਭਾਈ ਤੂੰ ਇਹ ਪੰਗੇ 'ਚ ਨਾ ਪੈ ਮੈਂ ਕਿਉਂ ਇਹ ਚੀਜ਼ਾਂ 'ਚ ਪੈਂਦਾ ਮੈਨੂੰ ਕਹਿੰਦੇ ਵੀ ਤੂੰ ਆਪ ਵਗ ਜਾ ਬਾਈ ਮੈਂ ਉਹਦੀ ਜਾਣਾ ਤੇਰੇ ਸਾਹਮਣੇ ਜਾਂਦਾ ਨੀ ਉਹ ਮਾਸੀ ਚਰਨਜੀਤ ਤੇ ਤਾਈ ਗੇਬੋ ਰੋਜ਼ ਹੀ ਲੜੀ ਜਾਂਦੇ ਰਹਿੰਦੇ ਕਦੇ ਤਾਈ ਗੇਬੋ ਫੋਨ ਕਰ ਦਿੰਦੇ ਆ ਮੈਨੂੰ ਕਦੇ ਮਾਸੀ ਚਰਨਜੀਤ ਕਰ ਦਿੰਦੀ ਆ ਫਿਰ ਸਰਪੰਚ ਜੀ ਤਾਂ ਮੇਰੇ ਨੇ ਲੜੀ ਆਇਆ ਕਰੇ ਵੀ ਤੇਰੇ ਕੋਲ ਜਨਾਨੀਆਂ ਦੇ ਫੋਨ ਆਉਂਦੇ ਆ ਤੁਸੀਂ ਆਪ ਚ ਲੜਿਆ ਨਾ ਕਰੋ ਹੋਰ ਚਾਲੀ ਕੁੱਟ ਧਰ ਜਾ ਸਰਪੰਚ ਵਾਸਤੇ ਚਾਹ ਤਾਂ ਬਸ ਚਾਹ ਨੂੰ ਤਾਂ ਬਸ ਹੁਣੀ ਘਰੋਂ ਨਿੰਬੂ ਵਾਲਾ ਪਾਣੀ ਪੀ ਕੇ ਆਇਆ ਬਣਾ ਰੱਖਿਆ ਸੀ ਸਰਪੰਚ ਜੀ ਨੇ ਸੈਕਟਰੀ ਆਉਣ ਵਾਲਾ ਚੱਲ ਅਸੀਂ ਮੰਡੀ ਚ ਗੇੜਾ ਮਾਰ ਆਈਏ ਜੀ ਐਵੇਂ ਤੁਸੀਂ ਬਣਾ ਲੈਣੇ ਜੀ ਚਾਹ ਤਾਂ ਨਾ ਨਾ ਬਸ ਜੀ ਤੁਸੀਂ ਕਲੇਸ਼ ਨਾ ਕਰੋ ਕੋਈ ਮਾੜੀ ਮੋਟੀ ਗੱਲ ਤੋਂ ਕੋਈ ਗੱਲ ਨਹੀਂ ਮਾੜਾ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਤੋਂ ਮਾੜਾ ਜਾ ਨਾ ਕੋਈ ਗੱਲ ਨਹੀਂ ਜੀ ਮੈਨੂੰ ਕਿਹੜਾ ਪਤਾ ਸੀਗਾ ਮਾੜਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਬਚਾ ਦੇ ਤੂੰ ਉਹ ਕੋਈ ਨਹੀਂ ਫਿਰ ਕੀ ਗੱਲ ਹੋ ਗਈਆਂ ਯਾਰ ਯਾਰਾਂ ਦੀਆਂ ਬਾਹਾਂ ਹੁੰਦੀਆਂ ਛੱਲਿਆ ਨਾਲੇ ਫਿਰ ਕੀ ਹੋ ਗਿਆ ਤੜਕੇ ਤੂੰ ਮੈਨੂੰ ਬਚਾਦਾ ਸੀ ਹੁਣ ਮੈਂ ਤੈਨੂੰ ਬਚਾਦਾ ਸਭ ਬਰਾਬਰੀ ਹੋ ਗਿਆ ਹਾਂ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਹੱਥ ਬੰਨ ਵਾਲੀ ਬਸ ਬਸ ਧੰਨਵਾਦ ਹੁਣ ਚੱਲ ਗਏ ਟੋਬੇ ਦੇ ਕੋਈ ਨਹੀਂ ਚੋਬੇ ਤਾਂ ਪਾਥਣੇ ਚੱਲ ਗਿਆ ਮੈਂ ਕਿਹਾ ਹੁਣ ਅਸੀਂ ਘਰੇ ਜਾਣਾ ਉਹ ਸਰਪੰਚ ਨੇ ਵੀ ਤਿੰਨ ਪੰਜ ਜੀ ਕਰਨ ਲੱਗਦੀ ਸੀ ਚੱਲ ਠੀਕ ਆ ਫਿਰ ਚੱਲ ਹਾਂ ਚੰਗਾ ਠੀਕ ਆ ਚੰਗਾ ਸ਼ਾਮ ਨੂੰ ਮਿਲਦਾ ਚੰਗਾ ਚੰਗਾ ਜੀ ਅਜਾ ਤਰਪਾ ਮੇਰੀ ਗੱਲ ਸੁਣ ਘਰੇ ਜਾ ਕੇ ਨਾ ਕੋਈ ਗੱਲ ਕਰੀ ਨਾਲੇ ਨਹੀਂ ਤੂੰ ਮੇਰੀ ਇੱਕ ਗੱਲ ਤਾਂ ਸੁਣ ਜੀਜਾ ਹਾਂ ਇੱਕ ਗੱਲ ਨੋਟ ਕੀਤੀ ਸੀ ਕਿਹੜੀ
ਮੈਂਬਰ ਨਹੀਂ ਵੀ ਮੇਰੀ ਪੱਗ ਨਾਲ ਦੀ ਸੂਟ ਪਾ ਰੱਖਿਆ। ਉਹ ਸਾਲਿਆ ਮੇਰੇ ਐਵੇਂ ਨਾ ਭਕਾਈ ਮਾਰਿਆ ਕਰ, ਤੇਰੀ ਭੈਣ ਲੱਗਦੀ ਆ ਉਹ। ਮੈਂ ਤਾਂ ਉਹ ਗੱਲ ਕਰ ਦੂੰ ਤਾਂ ਗਲਤ ਪਾਸੇ ਲੈ ਗਿਆ। ਚੰਗਾ ਚੱਲ ਗਏ, ਚੱਲ ਪਾਰਟੀ ਕਰੇਗਾ ਤੇਰੀ। ਆਹੋ ਹੱਥ ਨਹੀਂ ਕਰਾਂਗੇ। ਹਾਂ ਜੀ ਜਾਏ, ਮੈਂ ਤੈਨੂੰ ਜੇ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰਦਾ। ਉਹ ਜਿੱਥੇ ਇੰਨੀ ਕੁੱਤੇ ਵਾਲੀ ਭਕਾਈ ਮਾਰ ਲਈ, ਹੋਰ ਕਹਿ ਲੈ ਕੀ ਕਹਿਣਾ। ਮੈਂ ਤਾਂ ਤੈਨੂੰ ਐਂ ਕਹਿਣਾਗਾ, ਤੁਹਾਡੇ ਕੋਲ ਤਾਂ ਵਾਧੂ ਗ੍ਰਾਂਟਾਂ ਆਉਂਦੀਆਂ ਨੇ, ਇੱਕ ਅੱਧੀ ਗ੍ਰਾਂਟ ਚਰਨੂ ਨੂੰ ਕਹਿ ਕੇ ਮੇਰੀ ਝੋਲੀ ਵੀ ਪਾ ਦੇ ਹਾੜੇ ਹਾੜੇ। ਉਹ ਚੰਗਾ ਉੱਟੇ ਗਿਆ ਕਰ, ਕੋਈ ਚੱਜ ਦੀ ਗੱਲ ਕਰਿਆ ਕਰ ਸੜੇ ਮੂੰਹ ਚੋਂ ਕੋਈ। ਇੱਕ ਫਿਰ ਤੈਨੂੰ ਹੋਰ ਗੱਲ ਦੱਸਾਂ ਫਿਰ ਪੱਤੇ ਦੀ। ਹਾਂ, ਮੇਰੀ ਭੈਣ ਪਤਾ ਮੈਨੂੰ ਕਾਹਤੋਂ ਲਈ ਇੱਥੇ? ਕਿਉਂ ਲੈ ਕੇ ਆਈ ਆ? ਤੇਰੀ CID ਕਰਨ ਖਾਤਰ ਲਈ ਆ। ਮੇਰੀ CID ਕਰਨ ਖਾਤਰ? ਹਾਂ, ਜੇ ਮੇਰੀ ਕੋਈ ਉਹਦੇ ਕੋਲ ਗੱਲ ਕਰੀ ਨਾ, ਹਿਸਾਬ ਲਾਣੀ ਤੇਰੀ ਧਾਨ ਪੱਟ ਦੂੰ। ਦੇਖ ਮੈਂ ਕਾਹਨੂੰ ਕਰੀਆ, ਉਹਨੂੰ ਤਾਂ ਸਾਰਾ ਕੁਝ ਪਤਾ ਲੱਗ ਰਿਹਾ ਤੇਰੇ ਬਾਰੇ। ਕੀ ਗੌਲਦਾ ਮੈਂ ਉਹਨੂੰ, ਕਿੱਥੇ ਦਬਾਲਾ ਮੈਂ ਉਹਨੂੰ? ਸਾਰਾ ਕੁਝ ਲੱਗ ਗਿਆ ਪਤਾ। ਤੂੰ ਜੇ ਦੱਸਤਾ ਤਾਂ ਫਿਰ ਤੂੰ ਹਿਸਾਬ ਲਾ ਲਈ। ਮੈਂ ਕਿਉਂ ਦੱਸੂਗਾ, ਆਖਰ ਨੂੰ ਤੇਰਾ ਨਮਕ ਖਾਦਾ ਮੈਂ। ਹਾਂ, ਕੋਈ ਗੱਲ ਨਹੀਂ ਕਰਨੀ, ਫਿਰ ਹੌਲੀ ਹੌਲੀ ਤੇਰੀ ਭੈਣ ਚਰਨ ਨੂੰ ਕਹਿ ਕੇ ਤੇਰਾ ਮਤਾ ਵੀ ਪਾਸ ਕਰਾ ਦਾਂਗੇ। ਕਰਾ ਦੀ ਚੰਗਾ, ਤੈਨੂੰ ਸੜਾ ਨਹੀਂ ਮਰਨ ਦਿੰਦਾ ਮੈਂ। ਠੀਕ ਆ, ਮੇਰੇ ਆ ਜਾ।